ਐਜੀ ਇਲੈਕਸ਼ਨ ਕਰਾਉਣ ਦਾ ਫਾਇਦਾ ਕੀ? ਸਰਕਾਰ ਜਿੱਥੇ ਹਰ ਕਾਨੂੰਨ ਅਮੈਂਡ ਕਰਦੀ ਹੈ ਬਿਨਾਂ ਇਖਤਿਆਰ ਦੇ ਅਮੈਂਡ ਕਰਦੀ ਹੈ, ਇਹ ਸਰਕਾਰ ਇਹ ਵੀ ਪਾਸ ਕਰ ਦੇਗੀ ਜਿਹਦੀ ਸਰਕਾਰ ਹੋਇਆ ਕਰੂ ਉਹ ਕੌਂਸਲਰ ਨੋਮੀਨੇਟ ਕਰਿਆ ਕਰੂ। ਘੱਟੋ ਘੱਟ ਜੇ ਇਲੈਕਸ਼ਨ ਹੋਣੀ ਆ ਫਰੀ ਐਂਡ ਫੇਅਰ ਹੋਵੇ, ਟਰਾਂਸਪੇਰੈਂਟ ਹੋਵੇ, ਇਹੀ ਨਾ ਹੋਵੇ। ਲਾਅ ਦਾ ਮੈਕਸਿਮ ਇਹ ਕਹਿੰਦਾ ਕਿ ਜਸਟਿਸ ਇਜ਼ ਨੋਟ ਓਨਲੀ ਟੂ ਬੀ ਡਨ ਬਟ ਇਟ ਸ਼ੁੱਡ ਬੀ ਫੈਲਟ ਇਟ ਇਜ਼ ਬੀਂਗ ਡਨ। ਇਨਸਾਫ ਇਕੱਲਾ ਹੋਣਾ ਨਹੀਂ ਚਾਹੀਦਾ ਪਰ ਮਹਿਸੂਸ ਹੋਣਾ ਚਾਹੀਦਾ ਕਿ ਇਨਸਾਫ ਹੋ ਰਿਹਾ, ਅਤੇ ਇੱਥੇ ਤਾਂ ਦੇਖਦਾ ਹੀ ਨਹੀਂ ਗਾ ਕੀ ਹੋ ਰਿਹਾ। ਅਸੀਂ ਇਹ ਜਿਹੜੇ ਅੱਜ ਇਤਰਾਜ਼ ਦਾਇਰ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਹੈ, ਹਰ ਕਾਨੂੰਨੀ ਚਾਰਜ ਉਹੀ ਕਰੂਗੇ ਕਿ ਲੋਕਾਂ ਨੂੰ ਇਨਸਾਫ ਮਿਲੇ। ਇੱਕ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਹਾਂ, ਉਹ ਆਪਣਾ ਜ਼ੋਰ ਅਜਮਾ ਲਏ, ਅਸੀਂ ਕਾਨੂੰਨ ਦਾ ਜ਼ੋਰ ਅਜਮਾਵਾਂਗੇ। ਜਿੱਤ ਕਾਨੂੰਨ ਦੀ ਹੋਊਗੀ, ਉਹਨਾਂ ਨੂੰ ਮੂੰਹ ਦਿਖਾਉਣੀ ਪਊਗੀ। ਇਹਨਾਂ ਨੂੰ ਆਪਣੇ ਵਾਲੇ ਸਮੇਂ ਯਾਦ ਆਉਂਦੇ ਆ, ਇਹਨਾਂ ਨੂੰ ਕਹੋ ਪੁਰਾਣੀਆਂ ਲਿਸਟਾਂ ਕੱਢ ਕੇ ਦੇਖ ਲਓ, ਪੁਰਾਣੇ ਨਕਸ਼ੇ ਜਿੱਥੇ ਲੱਗਦੇ ਸੀ ਉੱਥੇ ਦੇਖ ਲਓ, ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਰਾਜਪਾਲ 'ਚ ਨਕਸ਼ਾ ਲੱਗਿਆ, ਮੈਡਮ ਕਮਿਸ਼ਨਰ ਦੇ ਸਟਾਫ ਨੇ ਲਾਇਆ, 20 ਸਾਲ ਤੋਂ ਉੱਥੇ ਲਾਉਂਦੇ ਆਏ ਆ, ਕੋਈ ਨਵਾਂ ਨਹੀਂ ਆਇਆ। ਅਸਲ ਦੂਰਬੀਨਾਂ ਇਹਨਾਂ ਨੂੰ ਲੋਕ ਲੱਭਦੇ ਫਿਰਦੇ ਆ, ਦੂਰਬੀਨਾਂ ਲੈ ਕੇ ਇਹ ਲੋਕਾਂ ਨੂੰ ਨਹੀਂ ਲੱਭਦੇ ਪਏ। ਇਤਰਾਜ਼ ਦਿੱਤੇ ਹੈ ਰਿਗਾਰਡਿੰਗ ਦ ਵਾਰਡ ਬੰਦੀ ਕਿ ਜਿਹੜੀ ਹੋਈ ਹੈ ਇਹਦੇ 'ਚ ਕੁਛ ਇਸ਼ੂਜ਼ ਹੈ, ਸੋ ਵੀ ਹੈਵ ਟੇਕਨ ਦੇਅਰ ਓਬਜੈਕਸ਼ਨਸ ਐਂਡ ਅਸੀਂ ਇਹਨਾਂ ਨੂੰ ਐਗਜ਼ਾਮਿਨ ਕਰ ਲਾਂਗੇ, ਜੋ ਵੀ ਔਨ ਮੈਰਿਟਸ ਐਜ਼ ਪਰ ਰੂਲਸ ਜੋ ਵੀ ਬਣੇਗਾ, ਜੋ ਵੀ ਆਏਗਾ ਰਿਕਾਰਡ ਚੈਕਿੰਗ ਤੋਂ ਬਾਅਦ, ਉਹਦੇ ਅਕੋਰਡਿੰਗ ਜੇ ਕੋਈ ਚੇਂਜਸ ਬਣਦੇ ਹੈ ਅਕੋਰਡਿੰਗਲੀ ਵਾਰਡ ਬੰਦੀ ਵਿੱਚ ਚੇਂਜਸ ਕਰਕੇ ਡੀਲਿਮਿਟੇਸ਼ਨ ਬੋਰਡ ਨੂੰ ਭੇਜੇ ਜਾਣਗੇ। ਦ ਮੈਪ ਹੈਜ਼ ਬਿਨ ਡਰਾਫਟਡ, ਉਹਦੀ ਕਿ ਸਾਡੇ ਕੋਲ ਹਾਰਡ ਕਾਪੀ ਹੈ, ਵੀ ਡੂ ਨੋਟ ਹੈਵ ਅ ਸੋਫਟ ਕਾਪੀ ਅਵੇਲੇਬਲ, ਜੇ ਸੋਫਟ ਕਾਪੀ ਹੁੰਦੀ ਤਾਂ ਅਸੀਂ ਉਹਨੂੰ ਆਪਣੀ ਵੈਬਸਾਈਟ 'ਤੇ ਪਾ ਕੇ ਡਿਸਪਲੇ ਕਰ ਦੇਣਾ ਸੀ, ਬਟ ਜਿਹੜੀ ਹਾਰਡ ਕਾਪੀ ਹੈ ਕਿਉਂਕਿ ਇਹਦਾ ਸਾਈਜ਼ ਬਹੁਤ ਵੱਡਾ ਹੈ, ਉਹਦੇ 'ਚ ਡਿਟੇਲਡ ਇੱਕ ਮੁਹੱਲਾ ਡਿਟੇਲ ਵਿੱਚ ਦਿੱਤਾ ਹੋਇਆ ਹੈ, ਇਸ ਲਈ ਉਸਨੂੰ ਇਸ ਤਰ੍ਹਾਂ ਡਿਸਪਲੇ ਕੀਤਾ ਗਿਆ ਹੈ। ਪਲੱਸ ਮੈਪ ਦੇ ਨਾਲ ਸ਼ੈਡਿਊਲ ਆਫ ਬਾਉਂਡਰੀਜ਼ ਵੀ ਬਣਾਇਆ ਗਿਆ ਹੈ, ਜਿਹਦੇ 'ਚ ਸਾਰੇ ਵਾਰਡਾਂ ਦੀ ਡਿਟੇਲ, ਕਿਹੜੀ ਕਿਹੜੀ ਗਲੀ, ਕਿਹੜੀ ਕਿਹੜੇ ਮੁਹੱਲੇ ਤੋਂ ਨਿਕਲਦੇ ਹੈ, ਉਹ ਪੂਰੀ ਡਿਟੇਲਡ ਲਿਸਟ ਨਾਲ ਲਗਾਈ ਹੋਈ ਹੈ, ਵਿਚ ਇਜ਼ ਅਵੇਲੇਬਲ ਦੇਅਰ। ਸੋ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਉਹਨੂੰ ਲੈ ਕੇ ਸਮਝ ਕੇ ਕਰ ਸਕਦਾ ਹੈ।